ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਗੁਰਦੁਆਰਾ ਸਰਬੱਤ ਖਾਲਸਾ ਪ੍ਰੋਸਪੈਕਟ ਵੱਲੋਂ ਪਿਛਲੇ 1 ਮਹੀਨੇ ਤੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਰੁਚੀ ਵਧਾਉਣ ਲਈ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ, ਜਿਸ ਵਿੱਚ ਅਸੀਂ ਹਰ ਐਤਵਾਰ ਬੱਚਿਆਂ ਦੇ ਨਾਲ 15 ਤੋਂ 20 ਮਿੰਟ ਬਿਤਾਉਂਦੇ ਹਾਂ, ਜਿਸ ਵਿੱਚ ਅਸੀਂ ਉਹਨਾਂ ਨਾਲ ਪੰਜਾਬੀ ਵਿੱਚ ਗੱਲਾਂ ਕਰਦੇ ਹਾਂ, ਜਿਸ ਵਿੱਚ ਆਪਣੇ ਪੰਜਾਬੀ ਕਲਚਰ ਬਾਰੇ, ਪੰਜਾਬੀ ਪਹਿਰਾਵੇ ਬਾਰੇ, ਪੰਜਾਬੀ ਬੋਲੀ ਬਾਰੇ ਗੱਲਾਂ ਕਰਦੇ ਹਾਂ। ਅਤੇ ਸਾਡੇ ਨਾਲ ਅੱਜ ਹਾਜ਼ਰ ਨੇ ਆ ਬੱਚੇ, ਅਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਅੱਜ ਵੀ ਸ਼ੁਰੂਆਤ ਕਰਾਂਗੇ ਉਹਨਾਂ ਦੇ ਨਾਮ, ਉਹਨਾਂ ਦੇ ਪਿਤਾ ਦੇ ਨਾਮ, ਅਤੇ ਉਹਨਾਂ ਦੇ ਜਿਹੜਾ ਪੰਜਾਬ ਵਿੱਚ ਪਿੰਡ ਜਾਂ ਸ਼ਹਿਰ ਆ ਕਿੱਥੋਂ ਬਿਲੋਂਗ ਕਰਦੇ ਨੇ। ਹਾਂਜੀ, ਸਭ ਤੋਂ ਪਹਿਲਾਂ ਤੁਹਾਡਾ ਨਾਮ, ਤੁਹਾਡੇ ਪਿਤਾ ਦਾ ਨਾਮ? ਗੁਰਮਨ ਤੇ ਪਾਪਾ ਦਾ ਨਾਮ ਹਰਪ੍ਰੀਤ ਸਿੰਘ ਤੇ ਮੰਮੀ ਦਾ ਨਾਮ ਪਤਾ? ਹਾਂਜੀ, ਮੰਮੀ ਦਾ ਨਾਮ ਕੀ? ਅੱਛਾ, ਤੇ ਰਵਿੰਦਰ ਕੌਰ ਤੇ ਪਿੰਡ ਕਿਹੜਾ ਤੁਹਾਡਾ? ਰਵਿੰਦਰ ਕੌਰ ਤੇ ਪਿੰਡ ਕਿਹੜਾ ਤੁਹਾਡਾ? ਲੁਧਿਆਣਾ। ਹਾਂਜੀ, ਮੇਰਾ ਨਾਮ ਹੈ ਹਰਨਦੀਪ ਸਿੰਘ, ਮੇਰਾ ਪਿਤਾ ਦਾ ਨਾਮ ਹੈ ਸਤਵਿੰਦਰ ਸਿੰਘ, ਮੇਰਾ ਮੰਮੀ ਦਾ ਨਾਮ ਹੈ ਨਰਿੰਦਰ ਕੌਰ। ਹਾਂਜੀ, ਮੇਰਾ ਪਿੰਡ ਇੰਡੀਆ। ਇੰਡੀਆ, ਇੰਡੀਆ ਦੇ ਵਿੱਚ ਕਿਹੜੀ ਜਗ੍ਹਾ? ਪੰਜਾਬ ਚ। ਪੰਜਾਬ ਦਾ ਕਿਹੜਾ ਸ਼ਹਿਰ? ਚਲੋ ਹਾਂਜੀ, ਅੱਗੇ ਤੁਸੀਂ, ਤੁਹਾਡਾ ਨਾਮ? ਹਰਪ੍ਰੀਤ ਕੌਰ, ਉੱਚੀ ਬੋਲ। ਕਿਹੜਾ ਪਿੰਡ ਤੁਹਾਡਾ ਜਾਂ ਜ਼ਿਲ੍ਹਾ ਸ਼ਹਿਰ ਕਿਹੜਾ ਪਿੰਡ ਪੰਜਾਬ 'ਚ? ਹਾਂਜੀ ਕਾਕੀ, ਪੰਜਾਬੀ ਜਿਹੜੀ ਆਪਣੀ ਬੋਲੀ ਆ, ਲਿਪੀ ਆ, ਉਹਦੇ ਅੱਖਰ ਪਤਾ ਕਿੰਨੇ? ਸਾਰੇ ਸਾਰੇ ਹੱਥ ਖੜੇ ਹੁੰਦੇ ਪੰਜਾਬੀ ਦੇ ਕਿੰਨੇ ਅੱਖਰ? ਹਾਂਜੀ, ਹਾਂਜੀ, 35 ਪੰਜਾਬੀ ਦੇ ਅੱਖਰ ਕਿੰਨੇ ਨੇ? 35 ਸਾਰੇ ਹੁਣ ਕਲੀਅਰ ਯਾਦ ਹੋ ਜਾਣਾ ਚਾਹੀਦਾ, ਪੰਜਾਬੀ ਦੇ ਕੁੱਲ ਅੱਖਰ ਨੇ 35 ਅੱਖਰ। ਤੇ ਪੰਜਾਬੀ ਚ ਗਿਣਤੀ ਆਉਂਦੀ ਹੈ? ਪੰਜਾਬੀ ਦੇ ਵਿੱਚ ਗਿਣਤੀ ਕਿੰਨੇ ਤੱਕ ਆਉਂਦੀ ਹੈ? 22 ਕਿੰਨੇ ਤੱਕ ਆਉਂਦੀ ਹੈ?
ਵੀਹ ਤੱਕ ਦੀ ਤੱਕ ਕਿੰਨੇ ਤੱਕ ਆਉਂਦੀ ਅਮੀਰ ਆਉਂਦੀ ਦਸ ਤੱਕ ਹੀ ਆਉਂਦੀ ਤੇ ਦੀ ਸੁਣਾਓ ਪੰਜਾਬੀ ਸਰੀਰ ਦੇ ਅੰਗ ਪੰਜਾਬੀ ਦੱਸਣਾ ਤੁਹਾਨੂੰ ਸਭ ਤੋਂ ਪਹਿਲਾਂ ਆ ਚੀਜ਼ ਪੈਰ ਦਾ ਪਿਛਲਾ ਹਿੱਸਾ ਹਾਂਡਾ ਇਹਨੂੰ ਆਪਾਂ ਕੀ ਕਹਿੰਦੇ ਪੈਰ ਦਾ ਆ ਵਾਲਾ ਹਿੱਸਾ ਹਰਮਨ ਕੋਈ ਨਾ ਜਨਮ ਚਿਤਲੀ ਅਬੀਰ ਹਿੰਟ ਹੈ ਇਹਦੇ ਐੜਾ ਤੇ ਡੱਡਾ ਕੀ ਬਣੇ ਐੜਾ ਉਹਦੇ ਮੇਰਾ ਆ ਗਈ ਹਾਂਜੀ ਅੱਡੀ ਤੇ ਆ ਕੀ ਹੋਈ ਜੀ ਆਵਲ ਇਹਨੂੰ ਮੈਨੂੰ ਪਤਾ ਗਿੱਟਾ ਇਹਨੂੰ ਆਪਾਂ ਕੀ ਕਹਾਂਗੇ ਆ ਚੀਜ਼ ਇਹ ਸਾਰੇ ਨੂੰ ਕੀ ਕਹਿੰਦੇ ਆਪਾਂ ਹੱਥ ਆਹ ਚੀਜ਼ ਕੀ ਹੈ ਆਹ ਬਣ ਜਾਂਦਾ ਮੂਲ ਹਿੱਸਾ ਦੇ ਹੋ ਗਿਆ ਇਹਨੂੰ ਆਪਾਂ ਕੀ ਕਹਿੰਦੇ ਹਾਂ ਪ੍ਰੋਪਰ ਵਰਡ ਹਾਂਜੀ ਅਭੀ ਤਲੀ ਕੀ ਕਹਿੰਦੇ ਤਲੀ ਪੂਰਾ ਹੱਥ ਹੋ ਗਿਆ ਤਿਆਰ ਲਾਈਨਾਂ ਨੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂਜੀ ਇਹਨਾਂ ਜਿਹੜੀਆਂ ਲਾਈਨਾਂ ਨੇ ਇਹ ਆਪਣੀਆਂ ਕੀ ਨੇ ਇਹਨੂੰ ਆਪਾਂ ਕੀ ਕਹਿੰਦੇ ਉਂਗਲਾਂ ਤੇ ਆਹ ਕੀ ਨੇ ਇਹਨਾਂ ਦੇ ਵਿੱਚ ਜਿਹੜੇ ਹਿੱਸੇ ਬਣੇ ਨੇ ਨਹੀਂ ਹੱਡੀਆਂ ਤੇ ਹੋਈ ਬਥੇਰੀਆਂ ਹਾਂਜੀ ਅੱਗੇ ਪੋਟੇ ਇਹ ਕੀ ਨੇ ਪੋਟੇ ਤੇ ਆਹ ਨੇ ਆਪਣੇ ਅੱਗੇ ਇਹਨਾਂ ਨੂੰ ਕੀ ਕਹਿੰਦੇ ਆਪ ਖੜੇ ਕਰ ਦੋ ਪਹਿਲਾਂ ਨੋ ਇਹ ਨੋ ਆ ਜੀ ਹਾਂਜੀ ਐੜਾ ਦੇ ਸ਼ੁਰੂ ਅੱਖਰ ਹੋ ਗਿਆ ਪ੍ਰੋਪਰ ਫਿਰ ਸਾਰਾ ਕੀ ਬਣਿਆ ਫਿਰ ਆਹ ਕੀ ਆਹ ਗੋਡਾ ਹੈ ਜਾਂ ਆਹ ਗੋਡਾ ਤੇ ਫਿਰ ਆਹ ਕੀ ਹੈ ਹਾਂਜੀ ਕੋਣੀ ਕੋਣੀ ਜਾਂ ਅੱਖ ਰਹਿ 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 ਕੌਣ ਅੱਛਾ ਅੱਗੇ
ਆ ਚੀਜ਼ ਵਰਤਣੀ ਮੂੰਹ ਦਾ ਥੋੜਾ ਹਿੱਸਾ ਆ ਇਹਨੂੰ ਕੀ ਕਹਿੰਦੇ ਪੰਛੀਆਂ ਦੇ ਨਾਮ
ਕੋਈ ਆਪਣੇ ਪੰਛੀ ਹੈ ਮੋਰ ਮੋਰ ਕਬੂਤਰ ਕਬੂਤਰ ਚਿੜੀ ਚਿੜੀ ਕਾਂ ਤੇ ਕੋਈ ਉੱਡਣ ਵਾਲੀ ਚੀਜ਼ ਉੱਡਣ ਵਾਲੇ ਪੰਛੀ ਬਾਜ਼ ਬਾਜ਼ ਇੱਲ ਇੱਲ ਦੇਖੋ ਕਿੰਨੇ ਨਾਮ ਹੁੰਦੇ ਨੇ ਕੋਈ ਹੋਰ ਚਲੋ ਪਸ਼ੂ ਇਹ ਪਸ਼ੂ ਚ ਨਹੀਂ ਹੋ ਗਏ ਪਸ਼ੂ ਜਿਹੜੇ ਆਪਣੇ ਪਾਲਤੂ ਘਰ ਵਾਲੇ ਉਹ ਜਾਨਵਰ ਚ ਆਪਾਂ ਕਹਿ ਸਕਦੇ ਹਾਂ ਹਾਂਜੀ ਕੁੱਤਾ ਵੀ ਜਾਨਵਰ ਚ ਆਇਆ ਚਲੋ ਜਾਨਵਰ ਹੀ ਉਹ ਤੋਂ ਨਾਮ ਗਾਂ ਘੋੜੀ ਚਿੜੀ ਪੰਛੀ ਚ ਆ ਗਈ ਘੋੜਾ ਆ ਗਿਆ ਜਾਨਵਰ ਪੰਛੀ ਜਿਹੜੇ ਉੱਡਣ ਵਾਲੇ ਚਲੋ ਅੱਗੇ ਆਪਾਂ ਆਉਂਦੇ ਹਾਂ ਬੁਝਾਰਤਾਂ ਦੇ ਬੁਝਾਰਤਾਂ ਪਤਾ ਨਾ ਇਹਨੂੰ ਤੁਸੀਂ ਇੰਗਲਿਸ਼ ਕੀ ਕਹਿੰਦੇ ਬੁਝਾਰਤਾਂ ਮੈਂ ਤੁਹਾਨੂੰ ਸੈਂਟੈਂਸ ਬੋਲੂਗਾ ਤੁਸੀਂ ਦੱਸਣਾ ਹੈ ਕੀ ਚੀਜ਼ ਕੀ ਹੈ ਠੀਕ ਹੈ ਉਦਾਂ ਮੈਂ ਤੁਹਾਨੂੰ ਪੁੱਛਦਾ ਕਿ ਗੋਲ ਗੋਲ ਹੈ ਉਸਦਾ ਚਿਹਰਾ ਪੇਟ ਨਾਲ ਹੈ ਰਿਸ਼ਤਾ ਗਿਆ ਗੋਲ ਗੋਲ ਹੈ ਉਸਦਾ ਚਿਹਰਾ ਪੇਟ ਨਾਲ ਹੈ ਰਿਸ਼ਤਾ ਗਿਆ ਕੋਲੀ ਦਾ ਪੇਟ ਨਾਲ ਕੀ ਰਿਸ਼ਤਾ ਹੋਇਆ ਪੇਟ ਨਾਲ ਵੀ ਰਿਸ਼ਤਾ ਹੈ ਕਿ ਗੋਲ ਗੋਲ ਸੋਚ ਕੇ ਹਾਂਜੀ ਢਿੱਡ ਕਿੱਦਾਂ ਹੋ ਗਿਆ ਗੋਲ ਗੋਲ ਹੈ ਉਸਦਾ ਚਿਹਰਾ ਪੇਟ ਨਾਲ ਹੈ ਰਿਸ਼ਤਾ ਗਹਿਰਾ ਪੇਟ ਨਾਲ ਉਹਦਾ ਰਿਸ਼ਤਾ ਹੈ ਤੇ ਗੋਲ ਗੋਲ ਆ ਰੋਟੀ ਪੇਟ ਨੂੰ ਭਰਨ ਵਾਸਤੇ ਆਪਾਂ ਕੀ ਖਾਂਦੇ ਰੋਟੀ ਖਾਂਦੇ ਚਲੋ ਅੱਗੇ ਨਿੱਕੀ ਜੀ ਕੁੜੀ ਪੜ੍ਹਦੀ ਬਾਰਾਂ ਪੜ੍ਹ ਫਿਰ ਪਹਿਲੀ ਪਈ ਨਿੱਕੀ ਜਿਹੀ ਕੁੜੀ ਪੜ੍ਹਦੀ ਬਾਰਾਂ ਪੜ੍ਹ ਫਿਰ ਪਹਿਲੀ ਪਈ ਬਾਰਵੀਂ ਤੋਂ ਬਾਅਦ ਸਮਝ ਆਈ ਕੀ ਚੀਜ਼ ਕੀ ਹੋਈ ਬਾਰਾਂ ਪੜ੍ਹ ਕੇ ਫਿਰ ਪਈ ਜਦੋਂ ਸੌ ਗਈ ਸੀਗੀ ਖੰਡ ਤੇਜ਼ ਕਿੱਦਾਂ ਹੋ ਗਈ ਖੰਡ ਮਿੱਠੀ ਹੁੰਦੀ ਹੈ
ਜਵਾਬ ਹੋਰ ਇਹਦਾ ਜਵਾਬ ਹੈ ਚੰਦਰਮਾ ਤੇ ਸੂਰਜ। ਸੂਰਜ ਤੇਜ ਹੈ, ਚੰਦਰਮਾ ਠੰਡਾ। ਚਲੋ ਅਗਲੀ ਹੈ, ਖੰਭ ਨਹੀਂ ਪਰ ਉੱਡਦਾ ਹੈ, ਨਾ ਹੱਡੀਆਂ ਨਾ ਮਾਸ, ਬੰਦੇ ਚੁੱਕ ਕੇ ਉੱਡ ਜਾਂਦਾ, ਹੋਵੇ ਨਾ ਕਦੇ ਉਦਾਸ। ਖੰਭ ਨਹੀਂ ਪਰ ਉੱਡਦਾ ਹੈ, ਨਾ ਹੱਡੀਆਂ ਨਾ ਮਾਸ ਹੈ, ਬੰਦੇ ਚੁੱਕ ਕੇ ਉੱਡ ਜਾਂਦਾ ਹੈ, ਹੋਵੇ ਨਾ ਕਦੇ ਉਦਾਸ। ਬੰਦੇ ਚੁੱਕ ਕੇ ਪਹੁੰਚ ਜਾਂਦਾ, ਬੰਦੇ ਦੇ ਨਾਲ ਕੌਣ ਉੱਡਦਾ? ਪੰਜਾਬ ਤੋਂ ਇੱਥੇ ਕਿਵੇਂ ਆਉਂਦੇ? ਪੰਜਾਬ ਤੋਂ ਚਿੜੀ ਤੋਂ ਪੈ ਗਿਆ ਹਿਸਾਬ ਕੱਲਾ ਕੱਲਾ ਦਿੰਦਾ ਸਹੀ ਜਵਾਬ। ਉਹ ਕਿਹੜਾ ਕਿਹੜੀ ਚੀਜ਼ ਹੈ? ਦੁਬਾਰਾ ਸੁਣੋ, ਬੱਚਾ ਇੱਕ ਨਾ ਜਾਂਦਾ ਸਕੂਲ, ਨਾ ਕੋਈ ਪੜ੍ਹੇ ਕਿਤਾਬ, ਜਦ ਕਰਦਾ ਹੈ ਹਿਸਾਬ ਕੱਲਾ ਕੱਲਾ ਦਿੰਦਾ ਸਹੀ ਜਵਾਬ। ਨਾ ਉਹ ਸਕੂਲ ਜਾਂਦਾ, ਨਾ ਉਹ ਪੜ੍ਹਦਾ, ਪਰ ਜਦੋਂ ਉਹਨੂੰ ਆਪਾਂ ਕੋਈ ਕਹਿੰਦੇ ਹਾਂ ਉਹ ਆਪਣਾ ਜਵਾਬ ਸਹੀ ਦਿੰਦਾ। ਪੈਨ ਕਿੱਦਾਂ ਜਵਾਬ ਦਿੰਦਾ? ਆਪਾਂ ਕੋਈ ਕਹਾਂਗੇ ਆਪਣੇ ਲਈ ਨਾ ਚੱਲਦੇ ਹਾਂ।
ਅਰੁਣ ਸਦਾ ਸਬਜ਼ੀਆਂ ਦੇ ਨਾਮ ਇਹ ਦਾਲ ਹੋ ਸਬਜ਼ੀ ਵੈਜੀਟੇਬਲ ਬੈਂਗਣ ਕੋਈ ਸਬਜ਼ੀ ਕਿਹੜੀ ਖਾਧੀ ਹੈ ਗੋਭੀ ਅਰਬੀ ਸਾਗ ਪਨੀਰ ਸਬਜ਼ੀ ਚ ਨਹੀਂ ਆਉਂਦਾ ਭਿੰਡੀ ਸਹੀ ਹੈ ਅੱਗੇ ਫਲਾਂ ਦੇ ਨਾਮ ਫਲ ਪਤਾ ਕੀ ਕੇਲਾ ਸੇਬ ਅੰਬ ਫਲ ਦਾ ਨਾਮ ਅੰਬ ਹੋਰ ਕਿਹੜਾ ਕੰਮ ਹੈ ਫਲ ਅਨਾਰ ਖਰਬੂਜਾ ਹੋਰ ਫਲ ਨਿੰਬੂ ਫਲ ਨਹੀਂ ਹੈਗਾ ਸੇਬ ਸੰਤਰਾ ਮਰੂਦ ਹੋ ਗਿਆ ਫਸਲਾਂ ਦੇ ਨਾਲ ਫਸਲਾਂ ਪਤਾ ਕਿਹੜੀਆਂ ਕਿਹੜੀਆਂ ਹੁੰਦੀਆਂ ਹਾਂਜੀ ਦੱਸੋ ਫਸਲਾਂ ਕਿਹੜੀਆਂ ਹੁੰਦੀਆਂ ਆਟਾ ਫਸਲ ਨਹੀਂ ਹੁੰਦਾ ਆਟਾ ਕਿਹਦੇ ਤੋਂ ਬਣਦਾ ਆਟਾ ਕਿਹਤੋਂ ਬਣਦਾ ਕਣਕ ਤੋਂ ਤੇ ਹੋਰ ਕਿਹੜੀ ਫਸਲ ਚੌਲ ਜਿਹੜੇ ਤੁਸੀਂ ਖਾਂਦੇ ਹੋ ਕਿਹੜੀ ਫਸਲ ਤੋਂ ਬਣਦੇ ਨੇ ਫਸਲ ਝੋਨਾ ਝੋਨੇ ਤੋਂ ਬਣਦੇ ਆ ਚੌਲ ਜਾਂ ਜੀਰੀ ਕਹਿ ਦਿੰਦੇ ਨੇ ਉਹਨੂੰ ਸ਼ੈਲਨ ਜਾ ਕੇ ਫਿਰ ਕੀ ਬਣਦੇ ਨੇ ਚੌਲ ਦਰਖਤਾਂ ਦੇ ਨਾਮ ਪਤਾ ਰੁੱਖ ਕੋਈ ਵੀ ਰੁੱਖ ਅੰਬ ਦਾ ਹੋ ਗਿਆ ਅੰਬ ਦਾ ਰੁੱਖ ਹੋ ਗਿਆ ਅਮਰੂਦ ਦਾ ਹੋ ਗਿਆ ਹੋਰ ਦਰਖਤ ਦੱਸੋ ਅਮਰੂਦ ਤਾਂ ਛੋਟਾ ਪੌਦਾ ਕਹਿ ਸਕਦੇ ਆਪਾਂ ਵੱਡੇ ਦਰਖਤ ਦਰਖਤ ਨਹੀਂ ਹੁੰਦਾ ਵੱਡਾ ਸੇਬ ਦਾ ਕਹਿ ਸਕਦੇ ਹੋਰ ਦਰਖਤ ਜਿੱਦਾਂ ਟਾਹਲੀ ਕਿੱਕਰ ਇਹ ਪੁਰਾਣੇ ਆਪਣੇ ਰੁੱਖ ਬੋਹੜ ਜੰਡ ਜਾਮਣ ਦਾ ਵੀ ਹੁੰਦਾ ਦਰਖਤ ਅੱਗੇ ਜਿਨ੍ਹਾਂ ਦੇ ਨਾਮ ਪੰਜਾਬੀ ਚ ਆਪਣੇ ਸੱਤ ਦਿਨ ਹੁੰਦੇ ਨੇ ਨਾ ਉਹਨੂੰ ਪੰਜਾਬੀ ਚ ਨਾਮ ਪਤਾ ਸਾਰਿਆਂ ਦਾ ਤੇ ਜਿੰਨੇ ਵੀ ਆਉਂਦੇ ਨੇ ਤੁੱਕਾ ਲੱਗ ਸਕਦਾ ਹੈ ਹਾਂ ਮੰਗਲਵਾਰ ਹਾਂਜੀ ਸ਼ਨੀਵਾਰ ਐਤਵਾਰ ਸ਼ਨੀਵਾਰ ਨੂੰ ਕੀ ਇੰਗਲਿਸ਼ ਹੀ ਕਹਿੰਦੇ ਨੇ ਸੈਟਰਡੇ ਸ਼ੁਰੂ ਆਪਾਂ ਮੰਡੇ ਤੋਂ ਮੰਡੇ ਨੂੰ ਕੀ ਕਹਾਂਗੇ ਫਿਰ ਟਿਊਜ਼ਡੇ ਨੂੰ ਕਹਾਂਗੇ ਸ਼ੁਰੂ ਤੋਂ ਕਿਸੇ ਨੂੰ ਆਉਂਦੇ ਸਾਰੇ ਸੋਮਵਾਰ ਸੋਮਵਾਰ ਮੰਗਲਵਾਰ ਕੀ ਬੁੱਧਵਾਰ ਵੀਰਵਾਰ ਆਉਂਦੇ ਆ ਜਿਹੜੇ ਨੂੰ ਅੱਗੇ ਵੀਰਵਾਰ ਤੋਂ ਕਿਹੜਾ ਦਿਨ ਹੈ ਵੀਰਵਾਰ ਤੋਂ ਅੱਗੇ ਸ਼ੁੱਕਰਵਾਰ ਸ਼ੁੱਕਰਵਾਰ ਤੋਂ ਅੱਗੇ ਸ਼ਨੀਵਾਰ ਅੱਗੇ
ਸਾਡਾ ਇਸ ਚੀਜ਼ ਦੇ ਵਿੱਚ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।